ਜਾਂਦਾ ਸੀ। ਅੱਛਾ ਅੱਛਾ। ਬੱਚਾ ਰਹਿ ਨਹੀਂ ਦਿੰਦਾ ਕੋਈ ਵੀ। ਅਖੀਰ ਇਹ ਮਤਲਬ ਗੱਲ ਫਿਰ ਸ਼ੁਰੂ ਮੁੜ ਤੋਂ ਹੋ ਜਾਂਦੀ ਹੈ ਸਾਂ। ਹਾਂਜੀ, ਜ਼ਿੰਦਾ ਜ਼ਿੰਦਾ ਮਰਵਾ ਦਿੰਦਾ ਹੈ, ਜ਼ਿੰਦਾ ਮਰਵਾ ਦਿੰਦਾ। ਅੱਛਾ, ਉਹ ਹੁਣ ਜੁਮੀ ਨੇ ਦੱਸਿਆ ਕਿ ਨਾ ਬੱਚਾ ਪੈਦਾ ਹੋਣਾ ਤੇ ਜਿਹਨੇ ਤੇਰਾ ਰਾਜ ਤੇਰੀ ਹਕੂਮਤ ਸਾਰਾ ਸਾਂਭਲਣਾ, ਖਤਮ ਕਰ ਦੇਣਾ ਤੇ ਉਹਦਾ ਦਾਰ ਹੋ ਜਾਣਾ। ਕੁਦਰਤ ਨਾਲ ਸੀ, ਦਾਈਆਂ ਜਾਂਦੀਆਂ ਵੀ ਹਨ, ਵਹਿੰਦੀਆਂ ਵੀ ਹਨ, ਸਭ ਕੁਝ। ਨਹੀਂ ਨਹੀਂ, ਕੋਈ ਦਾਈ ਨਹੀਂ ਗਈ, ਕੋਈ ਨਹੀਂ ਗਈ, ਗਲਤ ਗੱਲ ਇਹ। ਦਾਈ ਸ਼ਾਈ ਕੋਈ ਨਹੀਂ ਗਈ। ਅੱਲਾਹ ਪਾਕ ਨੇ ਜਬਰੀਲ ਨੂੰ ਭੇਜਿਆ ਸੀ, ਜਬਰੀਲ ਜਾ ਮੇਰਾ ਪੈਗਾਮ ਮੇਰੇ ਪਿਆਰੇ ਦੇ। ਉਹ ਜਿਹੜੀ ਬੀਬੀ ਸੀ ਨਾ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਦੀ ਵਾਲਦਾ, ਉਹਨੂੰ ਜਾ ਕੇ ਆਖਿਆ ਸੀ ਵੀ ਜਦੋਂ ਤੈਨੂੰ ਜਾਪੇ ਨਾ ਕਿ ਅੱਜ ਮੈਨੂੰ ਬੱਚਾ ਹੋ ਪੈਣਾ, ਤੂੰ ਆਪਣੇ ਸਾਈਂ ਨੂੰ ਨਾਲ ਲੈ ਕੇ ਅਤੇ ਜੰਗਲ ਚੱਲੀ। ਉਹਦਾ ਨਾਂ ਸੀ ਆਦਰ, ਆਦਰ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਦੇ ਵਾਲਦ ਦਾ ਨਾਂ ਸੀ ਆਦਰ। ਆਦਰ ਉਹ ਆਦਰ ਨੂੰ ਨਾਲ ਲੈ ਕੇ ਅਤੇ ਬੀਬੀ ਚੱਲ ਗਈ ਜੰਗਲ 'ਚ। ਪਹਾੜ ਤੇ ਹੈ ਸਨ ਉੱਥੇ, ਪਹਾੜ ਦੇ ਵਿੱਚ ਗਾਰ ਸੀ। ਅੱਛਾ, ਉਹ ਗਾਰ ਦੇ ਵਿੱਚ ਬੀਬੀ ਨੂੰ ਪਾ ਕੇ ਨਾ ਆਪ ਘਰ ਨੂੰ ਆ ਗਏ। ਰਾਤ ਦਾ ਕੋਈ ਵੀ ਟਾਈਮ ਸੀ, ਭਾਵੇਂ 12 ਦਾ ਰਾਲਾ ਦਿਆਂ, 1-2 ਦਾ ਰਾਲਾ, ਬੱਚਾ ਪੈਦਾ ਹੋਇਆ। ਉਸ ਬੀਬੀ ਨੇ ਬੱਚੇ ਨੂੰ ਸੰਭਾਲਿਆ, ਹੈਂ ਸੰਭਾਲ ਸੰਭੂਲ ਕੇ ਤੇ ਸਵੇਰੇ ਉਹ ਬੱਚੇ ਨੂੰ ਲਪੇਟ ਲਾਟ ਕੇ ਨਾ ਉੱਥੇ ਰੱਖ ਕੇ ਗਾਰ ਦੇ ਵਿੱਚ ਅਤੇ ਘਰ ਨੂੰ ਆ ਗਏ। ਘਰ ਆਣ ਕੇ ਹੁਣ ਉਹ ਬੀਬੀ ਨੂੰ ਤਾਂ ਪਤਾ ਸੀ ਉਹਦਾ ਬੱਚਾ ਸੀ। ਹਾਂਜੀ, ਉਹ ਨਾ ਨਹੀਂ ਗਈ, ਨਹੀਂ ਗਈ। ਅਗਲੇ ਦਿਨ ਜਾਂ ਦੂਸਰੇ ਦਿਨ, ਤੀਸਰੇ ਦਿਨ ਉਹ ਬੀਬੀ ਨੇ ਕੀ ਕੀਤਾ, ਵੀ ਆਖਣ ਲੱਗੀ ਮੈਂ ਬੱਚੇ ਦਾ ਪਤਾ ਤਾਂ ਲਾਵਾਂ। ਬੀਬੀ ਗਈ ਆ ਕਲੀ, ਜਾ ਕੇ ਵੇਖਿਆ ਬੱਚਾ ਉਸ ਤਰ੍ਹਾਂ ਉੱਥੇ ਗਾਰ ਦੇ ਵਿੱਚ ਰੱਖਿਆ ਸੀ, ਬੱਚਾ ਸੱਜਾ ਅੰਗੂਠਾ ਚੁੰਘਣ ਡਿਆ। ਹਾਂ ਸਹੀ, ਬੱਚੇ ਨੂੰ ਫਿਰ ਉੱਥੋਂ ਚੁੱਕਿਆ, ਚੁੱਕ ਕੇ ਉਹਨੂੰ ਪਿਆ ਸ਼ਿਆਰ ਕੀਤਾ, ਪਾਣੀ ਪਿਆਇਆ, ਪਾਣੀ ਜਾਂ ਦੁੱਧ ਪਿਆਇਆ ਆਪਣਾ, ਦੁੱਧ ਪਿਆ ਕੇ ਫਿਰ ਉੱਥੇ ਰੱਖ ਕੇ ਫਿਰ ਲਪੇਟ ਲਾਟ ਕੇ ਨਾ ਕੱਪੜੇ ਲਏ ਅਤੇ ਆ ਗਈ। 10-12 ਦਿਨ ਉਹ ਨਹੀਂ ਗਈ। ਮੁੜ ਕੇ ਜਿਸ ਵੇਲੇ ਗਈ, ਜਾ ਕੇ ਵੇਖਿਆ ਤਾਂ ਉਹ ਬੱਚਾ ਜਿਹੜਾ ਸੀ ਗਾਰ 'ਚੋਂ ਬਾਹਰ ਨਿਕਲ ਕੇ ਅਤੇ ਖੇਡਣ ਡਿਆ। ਹੈਂ ਸਹੀ, ਉਹ ਬੀਬੀ ਨੇ ਫੜਿਆ ਬੱਚੇ ਨੂੰ, ਪਿਆਰ ਕੀਤਾ, ਉਹਨੂੰ ਸਾਫ਼ ਸੁਫ ਕੀਤਾ, ਆਪਣਾ ਦੁੱਧ ਪਿਆਇਆ ਬੱਚੇ ਨੂੰ ਅਤੇ ਉੱਥੇ ਗਾਰ ਵਿੱਚ ਰੱਖ ਕੇ ਰੱਖਿਆ ਘਰ ਨੂੰ ਆ ਗਏ। 1.5 ਕੁ ਮਹੀਨਾ ਲੰਘ ਗਿਆ ਅਤੇ ਫਿਰ ਗਈ, ਜਾ ਕੇ ਵੇਖਿਆ ਬੱਚਾ ਗਾਰ 'ਚੋਂ ਬਾਹਰ ਖੇਡਣ ਡਿਆ ਸੀ। ਫਿਰ ਜਾ ਕੇ ਬੱਚੇ ਨੂੰ ਫੜਿਆ, ਜਾ ਕੇ ਸਾਂਭਿਆ, ਸਫਾਈ ਸਾਫ਼ ਸੁਫ ਕੀਤਾ ਕਰਕੇ ਅਤੇ ਫਿਰ ਉਹ ਉੱਥੇ ਹੀ ਰੱਖ ਕੇ ਘਰ ਨੂੰ ਆ ਗਏ। ਅੱਲਾਹ ਪਾਕ ਨੇ ਜਬਰੀਲ ਨੂੰ ਭੇਜਿਆ, ਜਬਰੀਲ ਜਾ ਉਹ ਬੀਬੀ ਨੂੰ ਆਖੀ ਵੀ ਆਪਣਾ ਬੱਚਾ ਆਪਣਾ ਮਾਲਕ ਸਾਈਨ ਨਾਲ ਲੈ ਕੇ ਚਲ ਜਾ ਉੱਥੇ ਅਤੇ ਉਹ ਬੱਚੇ ਨੂੰ ਘਰ ਨੂੰ ਲੈ ਆਓ। ਇਹ 2-3 ਮਹੀਨਿਆਂ ਬਾਅਦ ਦੀ ਗੱਲ ਹੀ। ਅੱਛਾ ਅੱਛਾ ਅੱਛਾ, ਸਹੀ, 2-3 ਮਹੀਨਿਆਂ ਬਾਅਦ ਦੀ ਗੱਲ ਆ।
ਉਹ ਬੀਬੀ ਫਿਰ ਆਪਣੇ ਸਾਈ ਨੂੰ ਨਾਲ ਲੈ ਗਏ ਨਾ ਆਦਰ ਨੂੰ ਤੇ ਗਈ ਤੇ ਬੱਚਾ ਬਾਹਰ ਖਿੱਲ ਲਿਆ। ਉਹਨਾਂ ਨੇ ਫਿਰ ਉੱਥੋਂ ਬੱਚੇ ਨੂੰ ਉਂਗਲੀ ਲਾਇਆ ਦੋਵਾਂ ਜਣਿਆਂ ਤੇ ਉਹ ਲੈ ਕੇ ਘਰ ਨੂੰ ਆ ਗਿਆ ਸੀ ਤੇ ਉਹਨਾਂ ਨੇ ਆਖਿਆ ਸੀ ਬਈ ਤੇ ਜਿਹੜੇ ਮਰਵਾ ਉਹਨਾਂ ਦੇ ਮਰਵਾਉਣ ਦਾ ਰੱਖੀ ਨਾ ਲੈਣਾ ਸੀ ਅੱਲਾ ਪਾਸ ਨੂੰ ਪਤਾ ਸੀ ਗੱਲ ਇੰਨੀ ਕਿ ਅੱਗੋਂ ਫਿਰ ਉਹ ਜਿਹੜਾ ਵੱਡਾ ਹੋ ਗਿਆ ਏਡਾ ਕੁ ਸਾਰਾ ਉਦੋਂ ਬੱਚੇ ਛੇਤੀ ਜਵਾਨ ਹੋ ਜਾਂਦੇ ਸੀ ਤੇ ਉਹਨੂੰ ਆਖਿਆ ਉਹਦੇ ਬਾਪ ਨੇ ਵੀ ਆਦਰ ਆਪਣਾ ਇਬਰਾਹਿਮ ਜਾਂ ਆਪ ਬੁੱਤ ਵੇਚਿਆ। ਉਹ ਬੁੱਤ ਬਣਾਉਂਦੇ ਸੀ ਪੱਥਰ ਦੇ, ਰੱਬ ਉਹਨਾਂ ਨੂੰ ਰੱਬ ਪੂਜਦੇ ਸੀ, ਉਹ ਬਾਤ ਕਰਦੇ ਸੀ ਉਹਨਾਂ ਦੀ। ਉਹ ਫਿਰ ਆਖਣ ਬਾਬਾ ਜੀ ਇਹ ਰੱਬ ਨਹੀਂ ਜੀ, ਉਹਨਾਂ ਆਖਿਆ ਨਹੀਂ ਦੱਸਿਆ ਰੱਬ ਨੇ ਸਾਡੇ ਇਬਰਾਹਿਮ ਨੇ ਆਖਿਆ ਵੀ ਬਾਬਾ ਜੀ ਇਹ ਰੱਬ ਤੇ ਉਹ ਆ ਜਿਹੜਾ ਸਾਰਿਆਂ ਨੂੰ ਪੈਦਾ ਕਰਦਾ ਹੈ, ਰੋਜ਼ੀ ਦਿੰਦਾ ਹੈ, ਤੰਦਰੁਸਤੀ ਦਿੰਦਾ ਹੈ, ਸਭ ਕੁਝ ਦਿੰਦਾ ਹੈ, ਇਹ ਨਹੀਂ ਰੱਬ। ਉਹਨੇ ਆਖਿਆ ਨਹੀਂ ਬੱਚਾ ਰੱਬ ਨੇ, ਤੁਹਾਡੇ ਰੱਬ ਹੋਣਗੇ ਮੇਰਾ ਰੱਬ ਨੇ। ਹਾਂਜੀ ਉੱਥੋਂ ਫਿਰ ਇੱਕ ਦਿਨ ਬੁੱਤ ਵਿੱਚ ਨਿਕਲ ਦਿੱਤਾ ਟੋਕਰਾ ਭਰ ਕੇ। ਅੱਛਾ ਹਜ਼ਰਤ ਇਬਰਾਹਿਮ ਅਲੈਹਿਸ ਸਲਾਮ ਨੇ ਇੱਕਦੇ ਗੱਲ 'ਚ ਰੱਸੀ ਪਾ ਲਈ ਅਤੇ ਟੋਕਰਾ ਸਿਰ 'ਤੇ ਚੁੱਕ ਕੇ ਤੁਰੇ ਜਾਂਦੇ। ਲੋਕ ਆਖਣ ਤੂੰ ਸਾਡੇ ਰੱਬਾਂ ਦੀ ਬੇਅਦਬੀ ਕਰਨਾ, ਉਹਨਾਂ ਆਖਿਆ ਨਹੀਂ ਇਹ ਨਹੀਂ ਜੀ ਰੱਬ। ਹੈਂ ਦੂਜਾ ਉਹਨਾਂ ਕਹੇ ਨਾਈ ਜੀ ਜਾਂ ਕਿਤੇ ਜਾ ਕੇ ਸੁੱਟ ਦਿੱਤਾ, ਉਹ ਸਾਰੇ ਟੁੱਟ ਪੈ ਗਏ। ਬਾਪ ਨੇ ਪੁੱਛਿਆ ਵੀ ਇਬਰਾਹਿਮ ਕੀ ਵੱਟ ਕੇ ਲਿਆ? ਅੱਛਾ ਕੀ ਵੱਟ ਕੇ ਪੈਸੇ ਲਿਆ? ਉਹਨੇ ਕਿਹਾ ਬਾਬਾ ਜੀ ਸਾਰੇ ਬਿਮਾਰ ਸੀ ਅਤੇ ਮੈਂ ਸੁੱਟਾ। ਉਹ ਫਿਰ ਜਿੱਦਣ ਇੱਕ ਦਿਨ ਕੋਈ ਮੇਲਾ ਸੀ ਜਾਂ ਈਦ ਸੀ ਦਿਨ ਦਿਆ ਸੀ ਕੋਈ, ਉਦੋਂ ਨਮਰੂਦ ਨੇ ਆਖਿਆ ਵੀ ਤੁਸੀਂ ਨਾ ਸ਼ਹਿਰ ਵਾਲੇ ਐਲਾਨ ਕਰਾ ਤਾ, ਐਲਾਨ ਕਰਾ ਤਾ ਵੀ ਜਾਓ ਸ਼ਹਿਰੋਂ ਬਾਹਰ ਜਾ ਕੇ ਨਾ ਇਬਾਦਤ ਕਰਕੇ ਨਾ ਪੂਜਾ ਪਾਜਾ ਕਰਕੇ ਨਾ ਬੁੱਤਾਂ ਦੀ, ਹਾਂਜੀ, ਅਤੇ ਫਿਰ ਆਣ ਕੇ ਅਤੇ ਪਕਾ ਕੇ ਖਾਇਓ ਖਾਣਾ। ਚੰਗਾ ਕੌਣ ਆ ਬੈਠ ਕੇ? ਫਿਰ ਚਲੇ ਗਏ ਬੰਦੇ ਇਬਾਦਤ ਕਰਨਾ, ਬੁੱਤ ਖਾਣਾ ਸੀ ਇੱਕ ਭਰਿਆ। ਅੱਛਾ ਬੁੱਤਾਂ ਨਾਲ ਇਬਰਾਹਿਮ ਅਲੈਹਿਸ ਸਲਾਮ ਨੇ ਘੁਆੜੀ ਲਈ ਅਤੇ ਬੁੱਤ ਖਾਣੇ ਜਾਵੇ। ਜਿੰਨੇ ਬੁੱਤ ਸੀ ਸਾਰੇ ਕਿਹੜੀ ਲੱਤ ਵਰਤੀ ਕਿਹੜੀ ਵਰਤੀ ਕਿਹੜਾ ਸਾਰੇ ਭੰਨ ਤੋੜ ਕੇ ਘਰ ਨੂੰ, ਇੱਕ ਵੱਡਾ ਬੁੱਤ ਸੀ ਉਹਨਾਂ ਸਾਰਿਆਂ ਨਾਲ ਵੱਡਾ, ਉਹਦੇ ਮੁੰਡੇ ਦੀ ਘੋੜਾ ਧਰਿਆ ਕਿਹਨੇ ਤੋੜੇ? ਉਹ ਨਮਰੂਦ ਨੇ ਪੁੱਛਿਆ ਸਵੇਰੇ ਇਬਰਾਹਿਮ ਨੇ ਜੀ ਕੀਤਾ, ਉਹਨੇ ਕਿਹਾ ਕੀ ਕੀਤਾ ਮੈਂ? ਉਹਨੇ ਕਿਹਾ ਤੂੰ ਸਾਡੇ ਬੁੱਤਾਂ ਦੀ ਤਬਾਹੀ ਕਰਤੀ, ਉਹਨੇ ਕਿਹਾ ਮੈਂ ਕਰ ਸਕਦਾ? ਤੁਸੀਂ ਆਪਣੇ ਵੱਡੇ ਰੱਬ ਨੂੰ ਪੁੱਛੋ, ਇਹ ਤਾਂ ਬੋਲਦੇ ਨਹੀਂ ਕਿ ਉਹਨੇ ਰੱਬ ਕਿਉਂ ਰੱਬ ਕਾਹਦੇ ਨੇ ਨਹੀਂ ਬੋਲਦੇ, ਪੁੱਛੋ ਉਹਨੂੰ, ਪੁੱਛੋ ਸਹੀ। ਹਾਂ
ਉੱਥੋਂ ਫਿਰ ਉਹਨੇ ਆਰਡਰ ਦਿੱਤਾ ਵੀ ਇੱਥੇ ਬਾਲਣ ਇਕੱਠਾ ਕਰੋ, ਤੈਨੂੰ ਮੈਂ ਸਾਰੀ ਗੱਲ ਦੱਸ ਦਿੰਦਾ। ਅੱਛਾ, ਬਾਲਣ ਇਕੱਠਾ ਕਰੋ ਦਮ ਦੇ, ਹੁਣ ਬਾਲਣ ਵਾਸਤੇ ਹੁਣ ਘੋੜਿਆਂ ਨੂੰ ਆਖਿਆ ਜਵਾਬ ਦੇ ਦਿੱਤਾ, ਅਸਾਂ ਨਹੀਂ ਬਾਲਣ ਲਿਆਉਣਾ। ਘੋੜੀਆਂ ਨੂੰ ਆਖਿਆ ਤੂੰ ਆਖਿਆ ਅਸਾਂ ਨਹੀਂ ਬਾਲਣ ਲਿਆਉਣਾ, ਊਠਾਂ ਨੂੰ ਆਖਿਆ ਤੂੰ ਆਖਿਆ ਅਸਾਂ ਨਹੀਂ ਲਿਆਉਣਾ, ਖੋਤੀਆਂ ਖੋਤਿਆਂ ਨੂੰ ਆਖਿਆ ਉਹਨੂੰ ਆਖਿਆ ਅਸਾਂ ਨਹੀਂ ਲਿਆਉਣਾ ਬਾਲਣਾ, ਖੱਚਰ ਅੱਜ ਮੈਂ ਲਿਆਉਂਦੀ ਹਾਂ ਖੱਚਰ ਲੈ ਬਾਲਣ ਖੱਚਰ ਨੇ ਧੋਇਆ ਉੱਥੇ। ਉੱਥੋਂ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਦੀ ਬਦਦੁਆ ਲੱਗ ਗਈ ਤੇ ਵਿੱਚੋਂ ਬੱਚਾ ਬੱਚਾ ਨਹੀਂ ਹੁੰਦਾ। ਹਾਂ ਸਹੀ, ਅਖੀਰ ਅੱਗ ਲਾ ਕੇ ਦਿੰਦੇ ਭਾਂਬੜ ਮੱਚ ਗਿਆ ਤੇ ਸੁੱਟਿਆ ਗਿਆ, ਜੋ ਕੁਛ ਵੀ ਸੁੱਟਿਆ ਅੱਗ ਲਾ ਤੀ ਤੇ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਨੂੰ ਸੁੱਟਿਆ ਵਿੱਚ ਤੇ ਅੱਲਾਹ ਪਾਕ ਨੇ ਜਬਰੀਲ ਨੂੰ ਆਖਿਆ ਜਬਰੀਲ ਮੇਰੇ ਪਿਆਰੇ ਨੂੰ ਸੇਕ ਨਾ ਲੱਗੇ, ਵਾਲ ਵੀ ਨਾ ਸੜੇ ਤੇ ਭੱਜ ਇਹਨੂੰ ਕਰ ਠੰਡੀ ਗੁਲਜ਼ਾਰ ਬਣਾ ਦੇ। ਜਬਰੀਲ ਆਇਆ ਉਹਨੇ ਆਣ ਕੇ ਆ ਕੇ ਠੰਡੀ ਕਰਤੀ, ਸੇਕ ਵੀ ਨਾ ਲੱਗਾ। ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਫਿਰ ਬਾਹਰ ਨਿਕਲੇ, ਹੈਂ ਉਹ ਗੱਲ ਬੜੀ ਲੰਮੀ ਚੌੜੀ ਹੁੰਦੀ ਹੈ। ਇਹ ਉੱਥੋਂ ਫਿਰ ਕਈ ਮੁਸਲਮਾਨ ਹੋ ਗਏ, ਮਾਨ ਲਿਆਂਦਾ, ਕਈਆਂ ਨੇ ਮਾਨ ਲਿਆਂਦਾ, ਉਹਨਾਂ ਕਲਮਾ ਪੜ੍ਹ ਲਿਆ, ਕਈਆਂ ਨੇ ਬਾਅਦ 'ਚ ਪੜ੍ਹਿਆ ਜਦੋਂ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਇਹ ਮੌਜੇ ਕਰਾਮਤਾਂ ਦੇਖ ਦੇਖ ਕੇ ਲੋਕਾਂ ਨੇ ਮਾਨ ਲਿਆਂਦੇ ਲਿਆਂਦਾ।